ਸਾਡੇ ਘਰ 'ਚ ਤਾਂ ਭਾਈ ਜਵਾਕਾਂ ਦੇ ਫੁੱਫੜ ਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲਦਾ। ਸਾਡਾ ਪ੍ਰਾਹੁਣਾ ਅਰਜਨ ਸਿੰਘ ਜੇ ਭਾਈ ਇਸ ਰਿਸ਼ਤੇ ਨੂੰ ਹਾਂ ਕਰੂ ਤਾਂ ਹਾਂ ਹੈ, ਜੇ ਨਾ ਕਰਤੀ ਤਾਂ ਫਿਰ ਨਾ। ਸੁੱਖ ਨਾਲ ਬੇਬੇ ਆ, ਬਾਪੂ ਹੈ ਤੇ ਕੱਲਾ ਮੁੰਡਾ ਕਿ ਸਾਡਾ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ। ਇਹੋ ਜਿਹੇ ਪ੍ਰਾਹੁਣੇ ਦਾ ਫਾਇਦਾ ਕੀ ਜਿਹੜਾ ਸਹੁਰੇ ਆ ਕੇ ਲਲਕ ਲੈਣਾ ਮਾਰੇ। ਫੁੱਫੜ ਜੀ ਦੇ ਜਿਉਂਦੇ ਜੀ ਮੇਰਾ ਵਿਆਹ ਨਹੀਂ ਹੋਣਾ। ਦੇਖੀ ਪਾਲੀ, ਐ ਨਾ ਕਰੀ। ਕਿਉਂ? ਜੇ ਤੇਰਾ ਫਾਹਾ ਵੱਢਿਆ ਜਾਊਗਾ ਤਾਂ ਹੀ ਤਾਂ ਮੇਰੀ ਵਾਰੀ ਆਊਗੀ। ਆ ਪੱਖੇ ਨੂੰ ਸਮਝਾਓ ਵੀ ਫੁੱਫੜ ਇੱਥੇ ਪਿਆ, ਇਹ ਕਿਤੇ ਹੋਰ ਹੀ ਘੁੰਮੀ ਜਾਂਦਾ। ਪੱਖੇ ਨੂੰ ਕੀ ਪਤਾ ਕਿ ਤੁਸੀਂ ਸਾਡੇ ਫੁੱਫੜ ਹੋ। ਮੇਰਾ ਸੋਹਣਾ ਵੱਡਾ ਹੋ ਕੇ ਕੀ ਬਣੂਗਾ? ਜਿਹੜਾ ਹਿਸਾਬ ਕਿਤਾਬ ਆ ਮੈਂ ਤਾਂ ਫੁੱਫੜ ਹੀ ਬਣੂਗਾ। ਜੇ ਕਿਤੇ ਮੈਂ ਆਪਣੀ ਆਈ ਤੇ ਆ ਗਿਆ ਨਾ, ਆ ਤੁਹਾਡੇ ਵਾਲਾ ਮੁਰਗਾ ਆਥਣੇ ਮੇਰੇ ਪਤੀਲੇ 'ਚ, ਇਹ ਤੁਸੀਂ ਦੋਏ ਜਾਣੇ ਹਸਪਤਾਲ 'ਚ ਹੋਵੋਗੇ। ਔਰ ਰਹਿਣ ਦੇ, ਕਿਤੇ ਤੂੰ ਪਤੀਲੇ ਤੇ ਤੇਰਾ ਮੁਰਗਾ ਹਸਪਤਾਲ ਨਾ ਪਿਆ ਹੋਵੇ। ਮੁਰਗੇ ਬਾਂਗਾ ਮਾਰਦੇ ਚੰਗੇ ਲੱਗਦੇ ਆ, ਲਲਕਾਰੇ ਮਾਰਦੇ ਨੀ। ਕਿੱਦੇ ਵਾਲੀ ਰੀਝ ਮੇਰੀ ਪੂਰੀ ਹੋ। ਇਹ ਮੇਰੇ ਯਾਰ ਗੁਰਮੁਖ ਸਿੰਘ ਦੇ ਭਤੀਏ ਦਾ ਰਿਸ਼ਤਾ ਲੈ ਕੇ ਆਏ ਆ। ਜੇ ਬਾਪੂ ਜੀ ਨੇ ਮੋਹਰ ਲਾਤੀ ਤਾਂ ਠੀਕ ਹੀ ਹੋਣਾ। ਨੱਚਣੋ ਨਾ ਰੁਕੀ ਤੂੰ ਯਕੀਨ ਜੱਟੀਏ, ਬੋਲੀਆਂ ਦਾ ਪਾਉ ਜੱਟ ਮੀਰੇ ਗਲਾ। ਇਸ ਮੌਕੇ ਤੇ ਫੋਟੋ ਤਾਂ ਜ਼ਰੂਰ ਬਣਦੀ ਹੈ ਨਾ। ਥੋੜਾ ਜਿਹਾ ਹੱਸ ਕੇ ਫੁੱਫੜ ਜੀ, ਹੱਸ ਕੇ ਫੁੱਫੜ ਜੀ, ਥੋੜਾ ਜਿਹਾ ਹੋਰ। ਤੂੰ ਐ ਕਰ, ਤਿੰਨ ਚਾਰ ਚੁਟਕਲੇ ਸੁਣਾ ਦੇ, ਜਦੋਂ ਹਾਸਾ ਆ ਗਿਆ ਉਦੋਂ ਫੋਟੋ ਖਿੱਚੀ। ਫਸ ਗਈ ਗਰਾਰੀ ਹੁੰਦੀ ਮਾੜੀ ਜੱਟਾਂ ਦੀ। ਇੱਕ ਵਾਰੀ ਸਾਡੇ ਪਿੰਡ 'ਚ ਕਾਲੇ ਕੱਛਾਂ ਵਾਲੇ ਆ ਗਏ, ਪੂਰੇ 30 ਬੰਦੇ, 30 ਦੇ 30 ਕੱਛੇ ਲਾ ਕੇ ਫੈਂਟੇ ਅਰਜਨ ਸਿਉ ਨੇ। ਉਹ ਆ ਜਵਾਂ ਝੂਠਾ। ਮੈਂ ਫਿਰ ਪਿੰਡ ਨੂੰ ਚੱਲਦਾ ਹੈ। ਨਹੀਂ ਨਹੀਂ ਨਹੀਂ, ਪ੍ਰਾਹੁਣਾ ਨਾਰਾਜ਼ ਸਾਨ ਬੰਦਾ, ਕੁੱਟ ਸਕਦਾ। ਫੁੱਫੜ ਦੇ ਰੋਟੀ ਨਾ ਖਾਧੀ ਤਾਂ ਸਾਰੇ ਭੁੱਖੇ ਸੌਂਗੇ। ਪੁੱਤ ਜਵਾਈ ਭਾਈ ਤੋਂ ਪਹਿਲਾਂ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ। ਬੇਬੇ, ਮੈਨੂੰ ਤੁਸੀਂ ਅੱਜ ਤੋਂ ਜਵਾਈ ਨਹੀਂ, ਘਰ ਦਾ ਪੁੱਤ ਸਮਝੋ। ਪਿੱਪਲੀ ਦੇ ਪੱਤਿਆਂ ਕਿਉਂ ਛੜ ਛੜ ਲਾਈ ਆ, ਚੜ ਜਾ ਚੜ ਜਾ, ਰੁੱਤ ਨਵਿਆਂ ਦੀ ਆਈ ਆ। ਬਣਦਾ ਨਹੀਂ ਖੋਇਆ ਕਦੇ ਜਾਲੀ ਦੁੱਧ ਤੋਂ, ਹਾਂਜੀ ਜਾਲੀ ਦੁੱਧ ਤੋਂ। ਘਰ ਦੀ ਮੁਖਤਿਆਰੀ ਸਾਂਭਣ ਵਾਸਤੇ ਆਪਣੇ ਤੇ ਕੁਰਸੀ ਦੇ ਪੈਰ ਬਹੁਤ ਮਜ਼ਬੂਤ ਹੋਣੇ ਚਾਹੀਦੇ ਆ। ਜੀਜਾ ਜੀ, ਸਾਰਾ ਪਾਣੀ ਨਾਲ ਡੋਲਿਓ, ਫੁੱਫੜ ਜੀ ਨੂੰ ਚਾਹੀਦਾ ਸੀ। ਓਹੋ, ਹੁਣ ਤਾਂ ਸਾਰਾ ਡੁੱਲ ਗਿਆ, ਹੁਣ ਫੁੱਫੜ ਜੀ ਕੀ ਕਰਨਗੇ? ਫੁੱਫੜ ਜੀ ਨੂੰ ਕਹੀ ਕਿਸੀ ਕਰਕੇ ਆ ਜਾਓ। ਆਇਆ ਵੀ ਨਵੇਂ ਪ੍ਰਾਹੁਣੇ ਆ।